ਪੰਜਾਬੀ ਸੱਭਿਆਚਾਰ ਅਤੇ ਕਲਾ ਦੇ ਪ੍ਰਚਾਰ ਲਈ ਕੈਨੇਡਾ ਦੇ ਸਰੀ ਵਿੱਚ ਪੰਜਾਬ ਭਵਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਸਦਕਾ ਪੰਜਾਬ ਭਵਨ ਵਿੱਚ ਕਵੀਆਂ ਪੱਤਰਕਾਰਾਂ ਨੂੰ ਇਕੱਤਰ ਹੋਣ ਲਈ ਆਰਾਮਦਾਇਕ ਥਾਂ ਮਿਲੇਗੀ। ਇਸ ਸੰਬੰਧੀ ਮੋਹਾਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੈਨੇਡਾ ਦੇ ਸਮਾਜ ਸੇਵੀ ਸੁੱਖੀ ਬਾਟ ਨੇ ਦੱਸਿਆ ਕਿ ਇਸ ਭਵਨ ਦੇ ਬਣਨ ਨਾਲ ਵਿਚਾਰਾਂ, ਆਦਰਸ਼ਾਂ ਅਤੇ ਯੋਜਨਾਵਾਂ ਦੀ ਤਬਦੀਲੀ ਸੰਭਵ ਹੋਏਗੀ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਹੋਰ ਵੀ ਉਪਰਾਲੇ ਕੀਤੇ ਜਾਣਗੇ। ਜ਼ਿਕਰ ਖਾਸ ਹੈ ਕਿ ਕੈਨੇਡਾ ਦੇ ਉੱਘੇ ਸਮਾਜ ਸੇਵੀ ਸੁੱਖੀ ਬਾਟ ਨੇ ਕੈਨੇਡਾ ਵਿੱਚ ਪੰਜਾਬ ਭਵਨ ਲਈ ਥਾਂ ਮੁਹੱਈਆ ਕਰਾਈ ਸੀ ਅਤੇ ਉਹ ਸਮਾਜ ਭਲਾਈ ਦੇ ਹੋਰ ਵੀ ਕਈ ਮਹੱਤਵਪੂਰਨ ਕਾਰਜ ਕਰਦੇ ਰਹਿੰਦੇ ਨੇ। ਪੰਜਾਬ ਭਵਨ ਆਪਣੇ ਬਚਪਨ ਚੋਂ ਨਿਕਲ ਕੇ ਜਵਾਨੀ ਵਿੱਚ ਪੈਰ ਰੱਖ ਰਿਹਾ ਹੈ, ਉਹਦੇ ਲਈ ਅਸੀਂ ਤਿੰਨ ਚੀਜ਼ਾਂ ਹੋਰ ਇਹਦੇ ਵਿੱਚ ਐਡ ਕੀਤੀਆਂ ਨੇ। ਇੱਕ ਤਾਂ ਪੰਜਾਬ ਭਵਨ ਦੀ ਆਪਣੀ ਐਪ ਹੋਏਗੀ, ਦੂਸਰਾ ਡਿਜੀਟਲ ਲਾਇਬ੍ਰੇਰੀ, 1 ਮਿਲੀਅਨ ਬੁੱਕਸ ਤਾਈਂ ਉਹਦੇ ਵਿੱਚ ਕਪੈਸਿਟੀ ਹੋਏਗੀ, ਅਤੇ ਤੀਸਰਾ ਪੰਜਾਬ ਭਵਨ ਦੀ ਆਪਣਾ ਸਾਹਿਤਕ ਮੈਗਜ਼ੀਨ ਜਿਸਦਾ ਨਾਂ ਹੈ ਸੁਗੰਧੀਆਂ, ਉਹ ਸ਼ੁਰੂ ਕਰਨ ਜਾ ਰਹੇ ਹਾਂ। ਅਤੇ ਮੈਨੂੰ ਵੈਸੇ ਇੱਥੇ ਸਾਰੇ ਦਰਸ਼ਕਾਂ ਨੂੰ ਇੱਕ ਸਾਂਝ ਪਾਉਂਦੇ ਨੂੰ ਬੜੀ ਖੁਸ਼ੀ ਹੈ ਕਿ ਪੰਜਾਬ ਭਵਨ ਦੇ ਵਿੱਚ ਇੱਕ ਹਾਲ ਆਫ ਫੇਮ ਵਾਲ ਬਣਾਈ ਗਈ ਹੈ, ਜਿਹੜੀ ਕਿ ਸਾਡੇ ਸਾਹਿਤਕਾਰਾਂ ਲਈ, ਸਾਡੇ ਹਰ ਵਰਗ ਦੇ ਲੋਕਾਂ ਦੇ, ਜਿਨ੍ਹਾਂ ਲੋਕਾਂ ਨੇ ਸਾਡੇ ਲਈ ਕੁਛ ਕੀਤਾ ਉਹਨਾਂ ਦੀਆਂ ਉੱਥੇ ਅਸੀਂ ਪਿਕਚਰਾਂ ਲਾਈਆਂ ਨੇ, ਜਿਸ ਨਾਲ ਅਸੀਂ ਉਹਨਾਂ ਨੂੰ ਰੋਜ਼ ਦੇਖਦੇ ਹਾਂ ਅਤੇ ਬੜਾ ਮਾਣ ਮਹਿਸੂਸ ਕਰਦੇ ਹਾਂ।